ਕਸਬਾ ਅਮਰਕੋਟ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਬੈਂਕ ਦੇ ਅਧਿਕਾਰੀ ਥਾਣਾ ਬਲਟੋਹਾ ਪੁਲਿਸ ਨੂੰ ਨਾਲ ਲੈ ਕੇ ਘਰ ਦੀ ਕੁਰਕੀ ਕਰਨ ਆਏ, ਜਿਸ ਤੋਂ ਬਾਅਦ ਉੱਥੇ ਮੌਕੇ 'ਤੇ ਮੌਜੂਦ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਪੁਲਿਸ ਅਤੇ ਬੈਂਕ ਅਧਿਕਾਰੀਆਂ ਨੂੰ ਗਲੀ ਦੇ ਨਜ਼ਦੀਕ ਰੋਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੈਂਕ ਦੇ ਅਧਿਕਾਰੀਆਂ ਅਤੇ ਥਾਣਾ ਬਲਟੋਹਾ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਹੋ ਗਏ, ਜਿਸ ਤੋਂ ਬਾਅਦ ਘਰ ਦੀ ਕੁਰਕੀ ਕਰਨ ਆਏ ਬੈਂਕ ਦੇ ਅਧਿਕਾਰੀਆਂ ਅਤੇ ਥਾਣਾ ਬਲਟੋਹਾ ਪੁਲਿਸ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਦੇ ਹੋਏ ਬੇਰੰਗ ਵਾਪਸ ਮੁੜਨਾ ਪਿਆ। ਇਸ ਮੌਕੇ 'ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਅਮਰਕੋਟ ਦੇ ਵਸਨੀਕ ਆੜ੍ਹਤੀਏ ਪੱਟੂ ਸ਼ਾਹ, ਜੋ ਕਾਫ਼ੀ ਸਮੇਂ ਤੋਂ ਆੜ੍ਹਤ ਕਰਦੇ ਸਨ, ਨੋਟਬੰਦੀ ਅਤੇ ਲੋਕਡਾਊਨ ਦੇ ਵਿੱਚ ਉਹਨਾਂ ਦੀ ਆੜ੍ਹਤ ਫੇਲ ਹੋ ਗਈ ਅਤੇ ਕਾਫ਼ੀ ਜ਼ਿਆਦਾ ਘਾਟਾ ਪੈ ਗਿਆ। ਉਹਨਾਂ ਨੇ ਥੋੜ੍ਹਾ ਥੋੜ੍ਹਾ ਕਰਕੇ ਕਰਜ਼ਾ ਮੋੜਿਆ ਹੈ। ਬੈਂਕ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲਿਆ ਅਤੇ ਮੰਗ ਕੀਤੀ ਕਿ ਉਹਨਾਂ ਵੱਲੋਂ ਮੋੜਿਆ ਪੈਸਾ ਕਰਜ਼ੇ ਵਿੱਚ ਪਾਇਆ ਜਾਵੇ, ਪਰ ਬੈਂਕ ਦੇ ਅਧਿਕਾਰੀਆਂ ਨੇ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਹੋਰ ਵਿਆਜ ਪਾ ਦਿੱਤਾ। ਮਸਲਾ ਇਹ ਹੈ ਜੀ ਕਿ ਇੱਕ ਹੀ ਸਾਡੇ ਕੋਲ ਮਕਾਨ ਹੈ ਜਿਹਦੇ 'ਚ ਅਸੀਂ ਰਹਿ ਰਹੇ ਹਾਂ ਅਤੇ ਬੈਂਕ ਵਾਲੇ ਕਹਿੰਦੇ ਕਿ ਸਾਡਾ ਲੋਨ ਆ ਅਤੇ ਸਾਡੇ ਲੋਨ ਦੇ ਪੈਸੇ ਤੁਹਾਡੇ ਫਾਦਰ ਸਾਹਿਬ ਨੇ ਨਹੀਂ ਦਿੱਤੇ। ਸਾਡੇ ਫਾਦਰ ਸਾਹਿਬ ਪਰ ਮਹੀਨੇ ਦਾ ਇਹਨਾਂ ਨੂੰ 25-30 ਹਜ਼ਾਰ ਰੁਪਈਆ ਮੋੜਦੇ ਰਹੇ। ਇਹਨਾਂ ਦੇ ਮੁਤਾਬਕ ਇਹ ਆ ਕਿ ਅਸੀਂ ਪੈਸੇ ਇਹਨਾਂ ਦੇ ਦਿੱਤੇ ਆ। ਬਾਕੀ ਅੱਜ ਦੀ ਸਥਿਤੀ ਦੇ ਹਿਸਾਬ ਨਾਲ ਮੇਰੇ ਫਾਦਰ ਸਾਹਿਬ ਦੀ ਕੰਡੀਸ਼ਨ ਇਹ ਹੈ ਕਿ ਸਾਨੂੰ ਕੋਈ ਸਮਾਂ ਦਿੱਤਾ ਜਾਵੇ। ਇਹ ਤਾਂ ਅੱਗੇ ਰਾਤ ਸੌਣ ਲੱਗਿਆਂ 4 ਗੋਲੀਆਂ ਨੀਂਦ ਦੀਆਂ ਖਾਂਦੇ ਅਤੇ ਦਿਨੇ ਬਲੱਡ ਪ੍ਰੈਸ਼ਰ ਦੇ ਟੀਕੇ ਲਾ ਕੇ ਦਿਨ ਕੱਢਦੇ। ਇਸ ਤੋਂ ਬਾਅਦ ਜੇ ਪ੍ਰਸ਼ਾਸਨ ਵੱਲੋਂ ਜਾਂ ਬੈਂਕ ਵੱਲੋਂ ਸਾਡੇ ਪਰਿਵਾਰ ਨੂੰ ਤੰਗ ਕੀਤਾ ਗਿਆ ਅਤੇ ਸਾਰਾ ਪਰਿਵਾਰ ਸਮੇਤ ਬੱਚੇ ਮੈਂ ਲੈ ਕੇ ਬੈਂਕ ਅੱਗੇ ਬੈਠੂੰਗਾ ਅਤੇ ਜੇ ਇਹਨਾਂ ਵੱਲੋਂ ਹੱਦ ਪਾਰ ਕੀਤੀ ਗਈ ਤਾਂ ਉੱਥੇ ਕੁਛ ਖਾ ਕੇ ਬੈਂਕ ਦੇ ਸਾਹਮਣੇ ਹੀ ਜ਼ਹਿਰ ਖਾ ਕੇ ਮਰਾਂਗੇ। ਮੈਂ ਜੀ ਬਲਦੇਵ ਸਿੰਘ ਬਲਟੋਹਾ, ਜ਼ਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੁਰਾ ਜੀ। ਅਤੇ ਅੱਜ ਜਿਹੜਾ ਤੁਹਾਡੇ ਪੁਲਿਸ ਦੇ ਵਿੱਚ ਅਤੇ ਤੁਹਾਡੇ ਤਲਕੀ ਹੋਈ ਆ ਅਤੇ ਨਾਅਰੇਬਾਜ਼ੀ ਹੋਈ, ਕੀ ਮਸਲਾ ਕੀ ਹੈ ਜੀ? ਇਹ ਜੀ ਸਾਡੇ ਇੱਥੇ ਸੁਰੇਸ਼ ਸ਼ਾਹ ਆ, ਪੱਟੂ ਸ਼ਾਹ ਜਿਹਨੂੰ ਕਹਿੰਦੇ ਆ, ਇਹ ਆੜ੍ਹਤ ਕਰਦੇ ਸੀ ਅਤੇ ਪਰ ਇਹ ਉਹ ਕਿਸੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕਰਕੇ ਉਹ ਜਿਹੜੇ ਆ ਵੀ ਕਰਜ਼ਾ ਨਹੀਂ ਤਾਰ ਸਕੇ। ਹੁਣ ਜਿਹੜਾ ਵਾ ਉਹ ਅਸਰੋਂ ਡਾਊਨ ਹੋ ਗਿਆ ਅਤੇ ਉਹਦੇ ਵਿਚਾਰ ਨੂੰ ਅਟੈਕ ਹੋਣ ਡਿਆ ਵਾ, ਜੇ ਉਹ ਮਰ ਜਾਂਦਾ ਤਾਂ ਫਿਰ ਪੈਸਾ ਕਿੱਥੋਂ ਲੈਣਗੇ? ਅਤੇ ਬਾਕੀ ਦੂਜੀ ਜਿਹੜੀ ਗੱਲ ਆ, ਅਸੀਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਇਸ ਇਲਾਕੇ ਦੀਆਂ ਆ, ਬਾਰਡਰ ਏਰੀਆ ਦੀਆਂ, ਅਸੀਂ ਸਾਰੀਆਂ ਇੱਕ ਥਾਂ ਆ, ਉਹਦੇ ਨਾਲ ਆ। ਅਸੀਂ ਸਰਕਾਰ ਨੂੰ ਅਤੇ ਬੈਂਕ ਵਾਲਿਆਂ ਨੂੰ ਇਹ ਜਿਹੜਾ ਵਾ ਉਹਦਾ ਜਿਹੜੀ ਕਰ ਰਿਹਾ ਵੀ ਉਹ ਘਰ 'ਤੇ ਕਬਜ਼ਾ ਨਹੀਂ ਕਰਨ ਦਿਆਂਗੇ ਜੀ। ਭਾਵੇਂ ਸਾਨੂੰ ਕਿੰਨੀ ਵੀ ਲੜਾਈ ਲੜਨੀ ਪਏ, ਲੜ ਕੇ ਅਤੇ ਅਸੀਂ ਉਹਦੀ ਇਹ ਬਚਾਵਾਂਗੇ, ਬੱਚੇ ਕਿੱਥੇ ਰਹਿਣਗੇ ਜਿਹੜੇ ਛੋਟੇ ਛੋਟੇ? ਨਾਮ ਕੀ ਮਸਲਾ ਜਿਹੜੀ ਆਏ ਨਾਅਰੇਬਾਜ਼ੀ ਕਰਨ ਦਾ? ਮਸਲਾ ਇੱਦਾਂ ਜੀ, ਇਹਨਾਂ 2016 ਦੇ ਵਿੱਚ ਕਰਜ਼ਾ ਲਿਆ ਸੀ ਆਈ ਸੀ ਆਈ ਤੋਂ ਇਹ 4 ਸਾਲ ਤਰਦੇ ਕਿਸ਼ਤਾਂ ਤਾਰਦੇ ਰਹੇ, ਹਰ ਮਹੀਨੇ 25,000 ਰੁਪਈਆ ਇਹ ਤਾਰਦੇ ਰਹੇ। ਉਸ ਤੋਂ ਬਾਅਦ ਇਹਨਾਂ ਕੀ ਕੀਤਾ ਵੀ ਇੱਕ ਤਾਂ ਇਹਨਾਂ ਕੋਲ ਗਰੀਬੀ ਸੀ, ਜਿਹੜੇ ਆੜ੍ਹਤੀਆਂ ਉੜਤੀਆਂ ਦੇ ਪੈਸੇ ਆਏ ਸੀ ਗਾਹਕਾਂ ਦੇ ਨਾਂ, ਉਹ ਇਹਨਾਂ ਦਾ 3 ਲੱਖ ਰੁਪਈਆ ਉਹਦੇ 'ਚੋਂ ਵੀ ਜਿਹੜਾ ਬੈਂਕ ਨੇ ਕੱਟ ਲਿਆ, ਜਿਹਦੇ ਕਾਰਨ ਇਹ ਹੋਰ ਡਾਊਨ ਹੋ ਗਏ। ਇਹ ਬੰਦੇ ਆ ਜਿਹੜੇ ਇਹਨਾਂ ਦਾ ਜੇ ਕੰਮ ਸਾਰਾ ਡਾਊਨ ਹੋਣ ਦੇ ਵਿੱਚ ਜਿਹੜਾ ਇਹ ਕਿਸ਼ਤਾਂ ਇਹਨਾਂ ਤੋਂ ਨਹੀਂ ਤਰੀਆਂ, ਇਹ ਬਹਿ ਕੇ ਉਹਨਾਂ ਨੇ ਕਰਦੇ ਰਹੇ ਵੀ ਤਰੀਕੇ ਦੇ ਨਾਲ ਸਾਡੋ ਜਿਹੜਾ ਉਹ ਪੈਸਾ ਲੈ ਲਓ ਜਿੰਨਾ ਕੁ ਅਸੀਂ ਦੇਣ ਜੋਗੇ ਆ। ਇੱਕ ਜਿਹੜਾ ਲੋਨ ਆ ਉਹ ਵੀ ਇਹਨਾਂ ਗਲਤ ਬਣਾਇਆ ਵਾ, ਪੈਸੇ ਲੈ ਕੇ ਮੰਨ ਲਓ ਅੱਧੇ ਪੈਸੇ ਇਹਨਾਂ ਨੂੰ ਦੇ ਦਿੱਤੇ ਆ ਅਤੇ ਅੱਧੇ ਉਹਨਾਂ ਨੇ ਲੈ ਲਿਆ। ਹੁਣ ਉਹਨਾਂ ਦੀ ਇੰਨੀ ਜ਼ਿਆਦਾ ਮਜਬੂਰੀ ਹੋ ਗਈ ਵੀ ਜਿਹੜਾ ਪੱਟੂ ਸ਼ਾਹ ਨਾ ਜੀ, ਉਹਦਾ 1-2 ਅਟੈਕ ਵੀ ਹੋਇਆ ਚਿੰਤਾ ਕਾਰਨ, ਉਹਦੀ ਮੌਤ ਵੀ ਹੋ ਸਕਦੀ। ਅਸੀਂ ਇਹਨਾਂ ਅੱਗੇ ਮਿਹਨਤ ਕਰਦੇ ਹਾਂ ਵੀ ਜੇ ਇਹਨੂੰ ਸ਼ਾਹ ਨੂੰ ਥੋੜ੍ਹਾ ਬਹੁਤ ਕੰਮ ਕਰਨ ਦਿਓ, ਜਿੰਨੇ ਕੁ 4 ਪੈਸੇ ਕਮਾਊ ਉਹਨੇ ਕਮਾ ਕੇ ਅਤੇ ਆਪਦਾ ਕਰਜ਼ਾ ਲਾ ਲੂਗਾ। ਪਰ ਇਹ ਜਿਹੜੇ ਬੈਂਕ ਵਾਲੇ ਆ ਅਤੇ ਨਾਲ ਹੀ ਮਹਿਕਮਾ ਗਿਣ ਲਓ ਸਰਕਾਰ ਵੀ, ਉਹ ਇਹਨਾਂ ਨੂੰ ਜਾਨੋਂ ਹੀ ਮਾਰਨਾ ਚਾਹੁੰਦੀ। ਜੇ ਬੰਦੇ ਦੀ ਮੌਤ ਹੋ ਗਈ ਤਾਂ ਕਰਜ਼ਾ ਇਹਨਾਂ ਨੂੰ ਕਿੱਥੋਂ? ਜਾਂ ਸਾਡੀ ਰਿਕੁਐਸਟ ਆ ਵੀ ਸਭ ਤੋਂ ਪਹਿਲਾਂ ਇਹ ਬੰਦੇ ਨੂੰ ਜਿਹੜਾ ਉਹ ਜ਼ਿੰਦਾ ਕੀਤਾ ਜਾਵੇ, ਉਸ ਤੋਂ ਬਾਅਦ ਇਹ ਜਿੰਨੀ ਕਿ ਇਹਨੂੰ ਆਮਦਨ ਹੋਵੇ ਉਸ ਤਰੀਕੇ ਨਾਲ ਇਹ ਥੋੜ੍ਹੇ ਪੈਸੇ ਤਾਰ ਕੇ ਕਰਜ਼ਾ ਲਾਊਗਾ। ਪਰ ਸਰਕਾਰ ਇਹ ਗੱਲ ਸਾਡੀ ਮੰਨ ਨਹੀਂ ਰਹੀ, ਇਹਦੀ ਮੌਤ ਕਰਨ ਨੂੰ ਤਿਆਰ ਹੋਈ। ਹੁਣ ਜਿਹੜੇ ਅਧਿਕਾਰੀ ਆਏ ਕਿਸ ਮਕਸਦ ਨੂੰ ਆਏ ਸੀਗੇ? ਇਹ ਜੀ ਆਏ ਸੀ, ਇੱਕ ਤਾਂ ਪਹਿਲੀ ਗੱਲ ਤਾਂ ਇਹ ਜਿਹੜੀ ਕੋਠੀ ਹੈ ਉਸ ਬੰਦੇ ਦੇ ਨਾਂ ਹੀ ਨਹੀਂ ਜੀ ਜਿਹਨੇ ਕਰਜ਼ਾ ਲਿਆ ਵਾ, ਜਿਹੜੀ ਕੋਠੀ ਦੇ ਜਿਹੜੇ ਘਰ 'ਤੇ ਕਬਜ਼ਾ ਕਰਨ ਆਏ ਸੀ, ਇਹ ਤਾਂ ਸਾਰਾ ਸਾਰੀ ਗਲਤ ਆ। ਸਾਨੂੰ ਇਹ ਲਿਖਤ ਵਿਖਾ ਦੇਣ। ਅੱਜ ਕੱਲ੍ਹ ਤਾਂ ਜੇ ਕਹਿੰਦੇ ਵੀ ਰਿਕਾਰਡ ਸਾਨੂੰ ਪਤਾ ਨਹੀਂ ਲੱਗਾ ਜੀ, ਆਧਾਰ ਕਾਰਡ 'ਤੇ ਸਾਰੇ ਦਾ ਸਾਰਾ ਜਿੰਨਾ ਆਪਣਾ ਜਾਇਦਾਦ ਹੁੰਦੀ ਹੈ ਉਹ ਆ ਜਾਂਦੀ ਹੈ ਜੀ। ਇਹ ਬਿਲਕੁਲ ਜਿਹੜੇ ਅਧਿਕਾਰੀ ਆ ਝੂਠ ਮਾਰ ਰਹੇ ਆ। ਦੂਜੀ ਗੱਲ ਇਹ ਹੈ ਜੀ, ਜੇ ਵਿਚਾਰਾ ਇੱਕ ਵਕੀਲ ਮਾੜਾ ਮੋਟਾ ਖੜਾ ਕਰਦਾ, ਇਹਦੇ ਕੋਲ ਪੈਸਾ ਨਹੀਂ ਹੈਗਾ, ਉਹ 4-4 ਵਕੀਲ ਆ ਜਿਹੜੇ ਉਹ ਆਪਣੇ ਅਦਾਲਤਾਂ 'ਚ ਖੜੇ ਕਰ ਦਿੰਦੇ ਆ, ਜਿੱਥੇ 4-5 ਵਕੀਲ ਜੱਜ ਦੇ ਸਾਹਮਣੇ ਉਹਦੇ ਦਾਲੇ ਹੋ ਜਾਂਦੇ ਆ, ਉਹ ਬੰਦਾ ਜਿਹੜਾ ਝੂਠਾ ਉਹਨੂੰ ਵੀ ਸੱਚਿਆਂ ਕਰ ਦਿੰਦੇ ਆ ਜੀ।
ਇਸ ਕਰਕੇ ਅਸੀਂ ਨਾ ਤਾਂ ਕਾਨੂੰਨੀ ਤੌਰ 'ਤੇ ਇਹਨਾਂ ਨਾਲ ਲੜ ਸਕਦੇ ਹਾਂ, ਰਿਕੁਐਸਟ ਕਰਕੇ ਕੋਈ ਨਾ ਕੋਈ ਸਰਕਾਰੀ ਵਕੀਲ ਜਿਹੜਾ ਫ੍ਰੀ ਵਾਲਾ ਆ ਉਹ ਕਰਾਂਗੇ, ਅਤੇ ਆਪਣੇ ਤਰੀਕੇ ਨਾਲ ਜਿੰਨੀ ਕੁ ਆਮਦਨ ਹੋਊਗੀ ਉਸ ਤਰੀਕੇ ਨਾਲ ਅਸੀਂ ਸੱਜੇ ਸੱਜੇ ਦਿੰਦੇ ਦਿੰਦੇ ਪੈਸੇ ਦਿਆਂਗੇ। ਅੱਜ ਤਾਂ ਇਹ ਤਾਂ ਜਿਹੜੇ ਸੌਦੇ ਤੋਂ ਵੀ ਤੰਗ ਆ ਵਿਚਾਰੇ ਭੁੱਖੇ ਮਰਨ ਡੇ, ਕਿ ਕੱਪੜਿਆਂ ਦਾ ਵੀ ਹਾਲ ਵੇਖੂ, ਇਹਨਾਂ ਦਾ ਵੀ ਹਾਲ ਕਰ, ਕਿਰਪਾ ਕਰਕੇ ਅਸੀਂ ਤਾਂ ਵੀ ਸਰਕਾਰਾਂ ਰਹਿਮ ਕਰਨ, ਜੇ ਉਹਨਾਂ ਡਾਨੀਆਂ ਬਾਨੀਆਂ ਦੇ ਅਰਬਾਂ ਖਰਬਾਂ ਰੁਪਈਏ ਮਾਫ਼ ਕਰ ਸਕਦੇ, ਅਤੇ ਇਹਦਾ ਵਿਚਾਰੇ ਦਾ ਵੀ ਜਿਹੜਾ ਉਹ ਕਰਜ਼ਾ ਮਾਫ਼ ਕਰ ਦੇਣ, ਜਦੋਂ ਇਹ ਥੋੜ੍ਹਾ ਜਿਹਾ ਜਿੰਦਾ ਹੋਇਆ ਇਹਦੀ ਆਮਦਨ ਵਧੀ ਉਦੋਂ ਜਿਹੜੇ ਪੈਸੇ ਲੈ ਜਾਣਗੇ। ਕੀ ਮਸਲਾ ਕੀ ਹੈ ਜਿਹੜੀ ਨਾਅਰੇਬਾਜ਼ੀ ਕਰਦੇ? ਮਸਲਾ ਸਰ ਇਹ ਆ ਕਿ ਅਸੀਂ ਜਿੰਨੀਆਂ ਜਥੇਬੰਦੀਆਂ ਸਾਰੇ ਇਕੱਠੇ ਆ ਜੀ ਇਹਨਾਂ ਦੇ ਨਾਲ, ਮਸਲਾ ਮੈਨੂੰ ਤਾਂ ਇਹ ਜਾਪਦਾ ਜੀ ਇਹਨਾਂ ਦੇ ਬਾਪ ਨੇ ਕਰਜ਼ਾ ਲਿਆ ਸੀ, ਉਹਨੇ ਉਹ ਸਦਾ ਤਾਰਤਾ ਹੋਵੇ, ਠੀਕ ਹੈ ਜੀ, ਕਿਉਂਕਿ ਇਹਨਾਂ ਕਹਾ ਬੱਚਿਆਂ ਨੇ ਲੋਨ ਲਿਆ ਦੂਜੇ ਬੈਂਕ ਤੋਂ, ਇਹਨਾਂ ਦੇ ਨਾਲ ਪ੍ਰੋਪਰਟੀ ਹੋ ਗਈ ਆ, ਇਹਨਾਂ ਨੇ ਫਿਰ ਦੂਜੇ ਬੈਂਕ ਤੋਂ ਕਰਜ਼ਾ ਲਈ ਲਿਆ ਜੀ, ਮੰਨ ਕੇ ਜੀ ਉਸ ਬੈਂਕ ਤੋਂ ਇਹਨਾਂ ਲਿਆ ਹੁੰਦਾ ਅਤੇ ਫਿਰ ਇਹਨਾਂ ਨੂੰ ਕਿਤਰਾ ਦੂਜੇ ਬੈਂਕ ਨੇ ਕਰਜ਼ਾ ਦੇ ਦਿੱਤਾ। ਇਹ ਸਾਰਾ ਦਰਾ ਸਾਰਾ ਕੁਛ ਸਾਰਾ ਕੁਛ ਬੈਂਕ ਇਹਨਾਂ ਨਾਲ ਫਰੋਡ ਕਰਨ ਲਈ ਆ, ਇਹਨਾਂ ਨਾਲ ਧੱਕਾ ਕਰਨ ਲਈ ਆ, ਇਹਨਾਂ ਨੇ ਉਹ ਪਿਛਲੀ ਜ਼ਮੀਨ ਜੇ ਹੁੰਦੀ ਤਾਂ ਫਿਰ ਦੂਜਾ ਕਰਜ਼ਾ ਕਿਤਰਾ ਲਈ ਦੇ, ਠੀਕ ਹੈ ਜੀ। ਮੈਨੂੰ ਤਾਂ ਜਾਪਦਾ ਪ੍ਰਸ਼ਾਸਨ ਰਲਿਆ ਪਿਆ ਹੈ, ਇਹ ਆਪ ਹੀ ਦੀ ਘਬਲਾਬਾਜੀ ਕਰਨ ਡੇ ਆ, ਇੰਨਾ ਗਰੀਬ ਹੈਗੇ ਵਿਚਾਰੇ, ਵੇਖੋ ਨਾ ਇਹਨਾਂ ਦਾ ਕੋਈ ਰਹਿਣ ਦਾ ਟਿਕਾਣਾ, ਜੇ ਅੱਜ ਇਹਨਾਂ ਦੀ ਕੋਠੀ ਨੂੰ ਜਿੰਦਰਾ ਮਾਰ ਦੇਣਗੇ ਰਹਿਣਗੇ ਕਿੱਥੇ, ਠੀਕ ਹੈ ਜੀ। ਇਹ ਸਾਰਾ ਕੁਛ ਧੱਕਾ ਹੋਣ ਡਿਆ, ਜਿੰਨੀਆਂ ਜਥੇਬੰਦੀਆਂ ਜਿੰਨੇ ਸਾਡੇ ਪ੍ਰਧਾਨ ਜਨਰਲ ਸਕੱਤਰ ਜੋ ਵੀ ਅਹੁਦੇਦਾਰ ਆ, ਅਸੀਂ ਦਿਨ ਰਾਤ ਇਹਨਾਂ ਦੇ ਨਾਲ ਆ, ਜਿੱਥੇ ਆਖਣਗੇ ਅਸੀਂ ਡਟਾਂਗੇ, ਪਰ ਇਹਨਾਂ ਦੀ ਕੋਠੀ ਨੂੰ ਜਿੰਦਰਾ ਨਹੀਂ ਮਾਰ ਦੇਣਾ। ਉਹ ਦਰਾ ਸਾਰਾ ਕੁਛ ਹੀ ਉਹਨਾਂ ਦਾ ਗਲਤ ਕੰਮ ਆ, ਜੇ ਉਹ ਸੱਚੇ ਹੁੰਦੇ ਤਾਂ ਵੀ ਸਾਨੂੰ ਸਹੀ ਪ੍ਰੂਫ ਦੇ ਨੇ ਸਾਰੇ, ਫਿਰ ਦੂਜੀ ਬੈਂਕ ਨੇ ਇਹਨਾਂ ਨੂੰ ਕਿਸ ਤਰ੍ਹਾਂ ਕਰਜ਼ਾ ਦੇ ਦਿੱਤਾ ਜੀ? ਆਪਾਂ ਆਧਾਰ ਕਾਰਡ 'ਤੇ ਇੱਕ LCD ਲਈ ਲਈਏ ਜਾਂ ਮੋਟਰਸਾਈਕਲ ਲਈ ਲਈਏ ਤਾਂ ਆਪਾਂ ਨੂੰ ਦੂਜੇ ਥਾਂ 'ਤੇ ਆਧਾਰ ਕਾਰਡ 'ਤੇ 10 ਰੁਪਈਏ ਨਹੀਂ ਮਿਲਦੇ, ਅਤੇ 5 ਬੈਂਕਾਂ ਦਾ ਸਾਈਡੀ ਤੋਂ ਲੈ ਕੇ ਸਾਰੀਆਂ ਬੈਂਕਾਂ ਦਾ ਆਪਾਂ ਨੂੰ ਸਰਟੀਫਿਕੇਟ ਲੈਣਾ ਪੈਂਦਾ ਆਪਾਂ ਕਰਜ਼ਾ ਲੈਣਾ ਹੋਵੇ, ਇਹ ਕਿਸ ਤਰ੍ਹਾਂ ਦੂਜੀ ਬੈਂਕ ਨੇ ਇਹਨਾਂ ਨੂੰ ਕਰਜ਼ਾ ਦੇ ਦਿੱਤਾ ਜਿਹਨਾਂ ਕੋਲ ਪਹਿਲਾਂ ਕਰਜ਼ਾ ਸੀ? ਇਹੋ ਜਵਾਬ ਉਹ ਪ੍ਰਸ਼ਾਸਨ ਦੇਵੇ, ਉਹ ਬੈਂਕ ਦੇਵੇ, ਉਹ ਮੁਲਾਜ਼ਮ ਦੇਣ। ਸੋ ਹੁਣ ਕੀ ਮੰਗ ਕੀ ਹੈ ਜੀ? ਮੰਗ ਇਹੋ ਹੀ ਆ ਵੀ ਇਹਨਾਂ ਦੀ ਕੋਠੀ ਨੂੰ ਅਸੀਂ ਜਿੰਦਰਾ ਨਹੀਂ ਵੱਜਣ ਦੇਣਾ, ਇਹਨਾਂ ਦਾ ਧੱਕਾ ਹੋਣ ਡਿਆ ਹੈ, ਇਹ ਧੱਕਾ ਨਹੀਂ ਹੋਣ ਦੇਣਾ। ਸਾਡੀ ਭਾਰਤੀ ਕਿਸਾਨ ਜਨੂਨੀ ਗਰੁੱਪ, ਦੂਜੀਆਂ ਜਥੇਬੰਦੀਆਂ ਸਾਰੀਆਂ ਹੀ ਇਕੱਠੀਆਂ ਹੈ, ਅਸੀਂ ਇਹਨਾਂ ਦਾ ਧੱਕਾ ਨਹੀਂ ਹੋਣ ਦੇਣਾ, ਦੀ ਕੋਠੀ ਨੂੰ ਜਿੰਦਰਾ ਨਹੀਂ ਵੱਜਣ ਦੇਣਾ। ਅਸੀਂ ਸਿਰਫ ਉਸ ਬੈਂਕ ਤੋਂ ਇਹ ਸਵਾਲ ਕਰਦੇ ਵੀ ਤੁਹਾਨੂੰ ਦੁਬਾਰੇ ਕਰਜ਼ਾ ਕਿਉਂ ਦਿੱਤਾ ਜਿਹਨਾਂ ਦਾ ਪਹਿਲਾ ਕਰਜ਼ਾ? ਪ੍ਰਧਾਨ ਜੀ ਕੀ ਨਾਮ ਆਪਣਾ ਹੈ? ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਜ਼ਿਲ੍ਹਾ ਆਗੂ ਹਾਂ, ਡਾਕਟਰ ਸੁਖਮਨ ਕੁਮਾਰ। ਅਤੇ ਕੀ ਮਸਲਾ ਹੈ ਜਿਹੜਾ ਅੱਜ ਤੁਹਾਡੇ ਪੁਲਿਸ ਅਤੇ ਤੁਹਾਡੇ ਵਿੱਚ ਜਿਹੜੀ ਤਲਖੀ ਹੋਈ ਹੈ, ਅਤੇ ਕੀ ਮਸਲਾ ਕੀ ਸੀ, ਕਿਹਦੀ ਗੱਲ ਨਾਅਰੇਬਾਜ਼ੀ ਹੋਈ? ਇਹ ਵੀਰ ਜੀ ਇਹ ਨਾ ਭੱਟੂ ਸ਼ਾਹ ਸੱਚ ਭੱਟੂ ਸ਼ਾਹ ਜਿਹੜਾ ਵਾ ਇਹ ਇੱਕ ਆਰਟ ਦਾ ਬਿਜ਼ਨਸ ਕਰਦਾ ਸੀ ਪਹਿਲਾਂ, ਜਦੋਂ ਨੋਟਬੰਦੀ ਹੋਈ ਹੈ ਅਤੇ ਜਾਂ ਕਰੋਨਾ ਦੇ ਸੰਕਟ ਦੇ ਵਿੱਚ ਇਹਦਾ ਬਹੁਤ ਵੱਡਾ ਨੁਕਸਾਨ ਹੋਇਆ। ਇਹਨੇ ਵਿਚਾਰੇ ਨੇ ਕਿਤੇ ਲੋਨ ਲਿਆ ਥੋੜ੍ਹਾ ਬਹੁਤਾ, ਅਤੇ ਜਿਹੜੀ ਇਹ ਬੈਂਕ ਵਾਲੇ ਮਹਿਕਮਾ ਹੈ ਉਹ ਇਹ 'ਤੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਜਿੰਨੀਆਂ ਜਹੇਬੰਦੀਆਂ ਟੋਟਲ ਸਾਰੀਆਂ ਇਹ ਏਰੀਏ ਦੀਆਂ ਬਾਰਡਰ ਬੈਲਟ ਦੀਆਂ ਅਸੀਂ ਇਹ ਵੀਰ ਦੇ ਨਾਲ ਹਾਂ, ਅਤੇ ਕਿਸੇ ਵੀ ਹਾਲਤ 'ਚ ਇਹ ਜਿਹੜਾ ਬੈਂਕ ਨੂੰ ਅਸੀਂ ਕਬਜ਼ਾ ਕਰਨ ਨਹੀਂ ਦਿਆਂਗੇ, ਕਿਉਂਕਿ ਸਰਕਾਰਾਂ ਦੀਆਂ ਗਲਤ ਨੀਤੀਆਂ, ਜੇ ਇਹ ਨੋਟਬੰਦੀ ਨਾ ਕਰਦੀ ਇਹ ਵਿਚਾਰੇ ਦਾ ਗਰੀਬ ਦਾ ਨੁਕਸਾਨ ਨਾ ਹੁੰਦਾ ਅਤੇ ਅੱਜ ਇੱਥੋਂ ਤੱਕ ਇਹ ਗੱਲ ਨਹੀਂ ਪਹੁੰਚਣੀ। ਇਹ ਥੋੜ੍ਹੇ ਥੋੜ੍ਹੇ ਕਰਕੇ ਪੈਸੇ ਤਾਰਦਾ ਵੀ ਰਿਹਾ ਹੈ, ਅਤੇ ਜਿਹੜੇ ਪੈਸੇ ਤਾਰਦਾ ਰਿਹਾ ਇਹ ਬੈਂਕ ਵਾਲਿਆਂ ਜਮ੍ਹਾਂ ਨਹੀਂ। ਕਿੰਨੀ ਰਕਮ ਤੁਸੀਂ ਟੋਟਲ ਅਤੇ ਕਿੰਨੀ ਰਕਮ ਤਾਰ ਚੁੱਕੇ ਨੇ ਹੁਣ ਤੱਕ? ਇਹਦੀ ਰਕਮ ਸਾਨੂੰ ਇੰਨਾ ਪਤਾ ਲੱਗਾ ਵੀ 15 ਲੱਖ ਰੁਪਈਆ ਲੋਨ ਲਿਆ ਹੈ, ਅਤੇ ਇਹ ਜਿਹੜੀ ਬੈਂਕ ਨੇ ਆ ਇਹਨੂੰ ਦੋਹਰਾ ਦੋਹਰਾ ਲੋਨ ਕਰਕੇ ਇਹਨਾਂ ਨੇ ਇਸ ਤੋਂ ਵੱਢੀ ਲੈ ਕੇ ਪੈਸੇ ਕਾਫੀ ਪਹਿਲਾਂ ਬੈਂਕ ਵਾਲਿਆਂ ਵੱਢੀ ਵੀ ਲਈ ਹੈ, ਅਤੇ ਬਾਕੀ ਪੈਸੇ ਇਹਦੇ ਨਾਲ ਡਬਲ ਪਾ ਕੇ ਅਤੇ ਹੁਣ ਜਿਹੜੀ ਆ ਇਹਦੀ ਕੁਰਕੀ ਕੀਤੀ ਹੈ ਜਾਂ ਇਹ ਬੈਂਕ ਜਿਹੜੀ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਕਿਸਾਨ ਜਹੇਬੰਦੀਆਂ ਜਿੰਨੀਆਂ ਵੀ ਹੈਗੀਆਂ ਇਹਦੇ ਨਾਲ ਖੜੀਆਂ ਵਾ, ਕਿਸੇ ਵੀ ਹਾਲਤ 'ਤੇ ਸਰਕਾਰ ਨੂੰ ਜਾਂ ਬੈਂਕ ਨੂੰ ਇੱਥੇ ਕਬਜ਼ਾ ਨਹੀਂ ਕਰਨਾ। ਭਾਈ ਆਪਣੇ? ਮੇਰਾ ਨਾਮ ਸਤਪਾਲ ਸਿੰਘ ਹੈ ਜੀ, ਭਾਰਤੀ ਕਿਸਾਨ ਯੂਨੀਅਨ ਚੰਡੋਲੀ, ਜ਼ਿਲ੍ਹਾ ਸਕੱਤਰ ਤਰਨ ਤਾਰਨ। ਕੀ ਮਸਲਾ ਹੈ ਜੀ ਅੱਜ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨਾਅਰੇਬਾਜ਼ੀ ਕਰ ਰਹੀਆਂ? ਅੱਜ ਸਰ ਮਸਲਾ ਇਹ ਸੀ ਵੀ ਅੱਜ ਸਾਡੇ ਇੱਥੇ ਨਾ ਅਮਰਕੋਟ ਦੇ ਭੱਟੂ ਸ਼ਾਹ ਜੀ ਆ, ਉਹਨਾਂ ਦਾ ਕੋਈ ਲੋਨ ਬੈਂਕ ਦਾ ਸੀ ਜਿਹੜੇ ਉਹ ਪਿਛਲੇ ਸਮੇਂ ਤੋਂ ਮਤਲਬ 25-30 ਹਜ਼ਾਰ ਰੁਪਈਆ ਪਰ ਮੰਥ ਜਿਹੜਾ ਉਹ ਤਾਰਦੇ ਰਹੇ ਆ, ਅਤੇ ਹੁਣ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਬੈਂਕ ਅਧਿਕਾਰੀ ਨੇ ਉਹਨਾਂ ਨੇ ਉਸ ਨੂੰ ਦੁੱਗਣਾ ਤਿਗਣਾ ਕਰਕੇ ਜਿਹੜਾ ਹੈ ਲੋਨ ਨੂੰ ਵਧਾ ਕੇ ਅਤੇ ਕੋਈ ਕੇਸ ਲਾ ਕੇ ਅਤੇ ਇਹਨਾਂ ਦੇ ਘਰ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਸਾਰੀਆਂ ਹੀ ਬਾਰਡਰ ਬੈਲਟ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਇਸ ਚੀਜ਼ ਦੇ ਬਰਖਿਲਾਫ਼ ਨੇ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਇੱਕ ਕਰੋਨਾ ਕਾਲ ਆ ਗਿਆ, ਇੱਕ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹੋ ਗਈਆਂ, ਉਹਨਾਂ ਨੇ ਜਿਹੜਾ ਨੋਟਬੰਦੀ ਕਰਤੀ ਉਹਦੇ ਆਧਾਰ 'ਤੇ ਜਿਹੜਾ ਕੁਛ ਸਾਰਿਆਂ ਦੀ ਆਰਥਿਕ ਹਾਲਤ ਜਿਹੜੀ ਉਹ ਪਤਲੀ ਹੋ ਗਈ, ਉਹਦੇ ਕਾਰਨ ਥੋੜ੍ਹਾ ਜਿਹਾ ਜਿਹੜਾ ਇਹਨਾਂ ਦਾ ਲੋਨ ਆ ਉਹ ਰਹਿੰਦਾ ਰਹਿੰਦਾ ਰਹਿ ਗਿਆ। ਹੁਣ
ਜਿਹੜੇ ਅਧਿਕਾਰੀ ਹੈ ਉਹ ਸਾਰੇ ਜੀਆਂ ਨੂੰ ਇਹਨਾਂ ਦੇ ਪਰਿਵਾਰ ਨੂੰ ਬਾਹਰ ਕੱਢ ਕੇ ਅਤੇ ਜਿਹੜਾ ਕੋਠੀ 'ਤੇ ਕਬਜ਼ਾ ਕਰਨਾ ਚਾਹੁੰਦੇ ਆ, ਜਿਹੜਾ ਕਿ ਬਿਲਕੁਲ ਗਲਤ ਆ। ਅਸੀਂ ਸਾਰੀਆਂ ਜਥੇਬੰਦੀਆਂ ਇਸ ਚੀਜ਼ ਦਾ ਵਿਰੋਧ ਕਰਦੀਆਂ ਅਤੇ ਜਿਹੜੇ ਪਿਛਲੇ ਪੈਸੇ ਇਹਨਾਂ ਜਿੰਨੇ ਵੀ ਤਾਰੇ ਆ ਉਹ ਬੈਂਕ ਜਿਹੜੀ ਕੋਈ ਵੀ ਵਿੱਚ ਇਹਨਾਂ ਦੇ ਲੋਨ ਦੇ ਵਿੱਚ ਨਹੀਂ ਪਾ ਰਹੇ ਅਤੇ ਉਹ ਸਟੇਟਮੈਂਟ ਦੇ ਆਧਾਰ 'ਤੇ, ਇਸ ਕਰਕੇ ਅਸੀਂ ਜਿਹੜਾ ਇਹ ਸਾਰੀਆਂ ਜਥੇਬੰਦੀਆਂ ਵਿਰੋਧ ਕਰਦੀਆਂ ਜੀ। ਇਸ ਕਰਕੇ ਨਾਅਰੇਬਾਜ਼ੀ ਤਾਜ਼ੀ ਹੋਈ ਹੈ।